ਗੁੱਡ ਈਵਨਿੰਗ एवरीवन ਕੁਝ ਇੰਪੋਰਟੈਂਟ ਨਿਊਜ਼ ਨੇ ਜੀ ਰਿਲੇਟਡ ਨਿਊ ਜਿਹੜੀ ਆ ਆਪਣੀ ਭਰਤੀ ਹੋ ਰਹੀ ਆ ਉਹਦੇ ਰਿਗਾਰਡਿੰਗ ਨੇ ਧਿਆਨ ਨਾਲ ਸੁਣੀਓ ਤੇ ਬਹੁਤ ਕੰਮ ਦੀ ਨਿਊਜ਼ ਨੇ ਜੀ ਜਿਸ ਲਈ ਮੈਨੂੰ ਇਹ ਵੀਡੀਓ ਬਣਾਣੀ ਪੈ ਰਹੀ ਹੈ ਤੇ ਇਸ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਲਾਈਕ ਕਰਿਓ ਤੇ ਸਬਸਕ੍ਰਾਈਬ ਤਾਂ ਹੁਣੇ ਕਰ ਲਓ ਇਹ ਚੈਨਲ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਜੀ ਚਲੋ ਦੇਖੋ ਕਹਿੰਦਾ ਯੂਟੀ ਦੇ ਵਿੱਚ ਯੂਟੀ ਦਾ ਸਾਰਿਆਂ ਨੂੰ ਪਤਾ ਕੀ ਹੈ ਯੂਟੀ ਮਤਲਬ ਚੰਡੀਗੜ੍ਹ ਦੇ ਵਿੱਚ ਯੂਟੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੀ ਰਿਟਾਇਰਮੈਂਟ ਹੋ ਚੁੱਕੀ ਹੈ ਜੀ ਇਸੇ ਸਾਲ ਬਹੁਤ ਸਾਰੀ ਰਿਟਾਇਰਮੈਂਟ ਹੋ ਚੁੱਕੀ ਹੈ ਅਪ੍ਰੋਕਸੀਮੇਟਲੀ 300 ਦੇ ਕਰੀਬ ਟੀਚਰ ਰਿਟਾਇਰ ਹੋ ਚੁੱਕੇ ਨੇ ਜੀ ਤਾਂ ਆਨਲਾਈਨ ਸਿੱਖਿਆ ਕਿਉਂਕਿ ਪ੍ਰਭਾਵਿਤ ਹੋ ਰਹੀ ਹੈ ਤਾਰ ਕੇ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਬਹੁਤ ਜਲਦੀ ਭਰਤੀ ਸ਼ੁਰੂ ਹੋ ਰਹੀ ਹੈ ਜੀ ਟੀਚਰਸ ਦੀ ਕਿਹਦੇ ਵਿੱਚ ਯੂਟੀ ਦੇ ਵਿੱਚ ਇਸ ਲਈ ਜਿਹੜੇ ਜਿਹੜੇ ਬੰਦੇ ਯੂਟੀ ਦੇ ਵਿੱਚ ਯੂਟੀ ਦੇ ਸਕੂਲਾਂ ਦੇ ਵਿੱਚ ਪੜਾਉਣਾ ਚਾਹੁੰਦੇ ਨੇ ਉਹ ਆਪਣੇ ਟੈਸਟ ਦੀ ਤਿਆਰੀ ਸ਼ੁਰੂ ਕਰ ਲਓ ਬਹੁਤ ਜਲਦੀ ਐਡਵਰਟਾਈਜ਼ਮੈਂਟ ਆ ਰਹੀ ਏ ਠੀਕ ਹੈ ਜੀ ਤੇ ਇੱਤੇ ਦਾ ਚੋਣ ਦਾ ਉਹ ਜਿਹੜਾ ਚੋਣ ਜਾਬਤਾ ਲੱਗਿਆ ਦਾ ਉਹਦਾ ਵੀ ਨਹੀਂ ਕੋਈ ਅਸਰ ਹੋਣਾ ਤੇ ਦੂਸਰੀ ਗੱਲ ਹੈ ਤੇ ਭਰਤੀ ਸੰਬੰਧੀ ਮਨਜ਼ੂਰੀ ਮਿਲ ਚੁੱਕੀ ਹੈ ਸਿਰਫ ਹੁਣ ਪਬਲਿਕ ਐਡ ਹੀ ਕੱਢਣੀ ਉਹਨਾਂ ਨੇ ਜੀ ਤੇ ਜਿੱਥੋਂ ਤੱਕ ਯੂਟੀ ਦਾ ਸਵਾਲ ਹੈ ਮੇਰੇ ਖਿਆਲ ਨਾਲ ਇਹਦੇ ਲਈ ਸੀਟੀਈਟੀ ਦਾ ਟੈਸਟ ਵੀ ਚੱਲੂਗਾ ਜੀ ਸੈਂਟਰ টিਚਰ ਐਲੀਜੀਬਿਲਟੀ ਟੈਸਟ ਜਿਹੜਾ ਬੀਐਡ ਹੋਵੇ ਪਲੱਸ ਸੈਂਟਰ টিਚਰ ਐਲੀਜੀਬਿਲਟੀ ਟੈਸਟ ਨੂੰ ਕਲੀਅਰ ਕੀਤਾ ਹੋਵੇ ਉਹ ਪੋਸਟਾਂ ਲਈ ਅਪਲਾਈ ਕਰ ਸਕਦਾ ਹੈ ਠੀਕ ਹੈ ਜੀ ਇਹ ਪੋਸਟਾਂ ਛੇਤੀ ਆ ਰਹੀਆਂ ਹੈ ਪਤਾ ਨਹੀਂ ਕਿੰਨੀਆਂ ਪੋਸਟਾਂ ਹੋਣਗੀਆਂ ਇਹਦੇ ਬਾਰੇ ਹਜੇ ਕੋਈ ਗੱਲ ਨਹੀਂ ਬਟ ਇੰਨੀਆਂ ਜ਼ਿਆਦਾ ਨਹੀਂ ਹੋਣੀਆਂ 300 ਦੇ ਕਰੀਬ ਹੀ ਜਿਵੇਂ ਹੁਣ 300 ਪੋਸਟਾਂ ਖਾਲੀ ਹੋਈਆਂ ਮੰਨ ਕੇ ਚੱਲੋ 500 ਜਾਂ 1000 ਦੇ ਕਰੀਬ ਪੋਸਟਾਂ ਆਣਗੀਆਂ ਜੀ ਕਿਦੇ ਵਿੱਚ ਯੂਟੀ ਦੇ ਵਿੱਚ ਯੂਟੀ ਮਤਲਬ ਚੰਡੀਗੜ੍ਹ ਜਾਂ ਉਹਦੇ ਚੰਡੀਗੜ੍ਹ ਦੇ ਵਿੱਚ ਜਿੰਨੇ ਜਿੰਨੇ ਸਕੂਲਜ਼ ਨੇ ਗਵਰਨਮੈਂਟ ਸਕੂਲਜ਼ ਨੇ ਉਹਦੇ ਵਿੱਚ ਪੋਸਟਾਂ ਠੀਕ ਹੈ ਇਹ ਤੇਰੀ ਪਹਿਲੀ ਨਿਊਜ਼ ਹੈ ਠੀਕ ਹੈ ਇਹਦੇ ਬਾਰੇ ਇਹਨਾਂ ਨੇ ਇਹੋ ਦੱਸਿਆ ਕਿ ਤੇ ਹੋਰੇ ਦੇ ਵਿੱਚ ਕੁਝ ਨਹੀਂ ਹੈ ਜੀ ਇਹ ਉਹਦੇ ਵਿੱਚ ਇਹ ਤਾਂ ਹੈਗੀ ਪਹਿਲੀ ਨਿਊਜ਼ ਕੀ ਯੂਟੀ ਦੇ ਵਿੱਚ ਟੀਚਰਸ ਦੀ ਭਰਤੀ ਬਹੁਤ ਜਲਦੀ ਹੋ ਰਹੀ ਹੈ ਦੂਸਰੀ ਨਿਊਜ਼ ਜੀ ਜਿਹੜੀ ਅੱਜ ਦੀ ਖਾਸ ਹੈ ਜਿਹੜੀ ਸਭ ਤੋਂ ਮੇਨ ਹੈ ਜੀ ਕਿਉਂਕਿ ਸਾਰੇ ਬੱਚੇ ਜਿਹੜੇ ਨੇ ਅੱਜ ਕੱਲ ਜਿਹੜੇ 12 ਦੇ ਬੱਚੇ ਨੇ ਜਿਹੜਾ ਸਾਰੇ ਜਦੋਂ ਵੀ ਪਲੱਸ 1 ਚ ਐਡਮਿਸ਼ਨ ਲੈਂਦੇ ਨੇ ਉਹ ਕਹਿੰਦੇ ਨੇ ਜੀ ਮੈਂ ਆਈਆਈਟੀ ਦੇ ਵਿੱਚ ਜਾਣਾ ਹੈ ਤਾਂ ਆਈਆਈਟੀ ਲਈ ਸਭ ਤੋਂ ਇੰਪੋਰਟੈਂਟ ਜਿਹੜੀ ਕੰਡੀਸ਼ਨ ਸੀ ਉਹ ਉਹਨਾਂ ਨੇ ਹਟਾਤੀ ਹੈ ਜੀ ਹੁਣ ਕਰੋਨਾ ਕਰਕੇ ਉਹ ਕੰਡੀਸ਼ਨ ਹੀ ਹਟਾਤੀ ਜਿਹੜੇ ਬੱਚੇ ਅੱਗੇ ਪਲੱਸ 2 ਦੀ ਇੰਨੀ ਮਿਹਨਤ ਨਾਲ ਤਿਆਰੀ ਕਰਦੇ ਸੀਗੇ ਕਿ ਹਾਂਜੀ ਪਲੱਸ 2 ਦੇ ਵਿੱਚ ਨੰਬਰ ਆਣਗੇ ਤਾਂ ਅਸੀਂ IIT 75% ਨੰਬਰ ਚਾਹੀਦੇ ਹੁੰਦੇ ਸੀ ਪਲੱਸ 2 ਦੇ ਵਿੱਚ ਤਾਂ ਹੀ IIT ਮੀਨ ਦੇ ਵਿੱਚ ਉਹਨਾਂ ਦਾ ਸਕੋਰ ਕੰਸੀਡਰ ਹੁੰਦਾ ਸੀ ਬਟ ਹੁਣ ਉਹਨਾਂ ਨੇ 75% ਦੀ ਸਟ੍ਰਿਕਟੀ ਖਤਮ ਕਰ ਦਿੱਤੀ ਕਹਿੰਦੇ ਜਿੰਨੇ ਮਰਜ਼ੀ ਪਰਸੈਂਟੇਜ ਲੋ IIT ਮੀਨ ਲਈ ਤੁਸੀਂ ਐਲੀਜੀਬਲ ਹੋ ਠੀਕ ਹੈ ਜੀ ਕਲੀਅਰ ਹੈ ਜੀ ਆਹ ਬਹੁਤ ਬੜੀ ਅਨਾਉਂਸਮੈਂਟ ਕੀਤੀ ਹੈ ਚੰਗਾ ਵੀ ਹੈ ਜੀ ਕਿਉਂਕਿ ਬੱਚਾ ਜਿਹੜਾ ਪਲੱਸ 2 ਦੇ ਵਿੱਚ ਆਂਦਾ ਸੀ ਉਹਦਾ ਧਿਆਨ ਦੋਨੋਂ ਪਾਸੇ ਰਹਿੰਦਾ ਸੀ ਕਿ ਮੈਂ ਆਈ 80 ਦੀ ਤਿਆਰੀ ਕਰਾਂ ਜਾਂ ਆਹ ਕਰਾਂ ਆਪਣਾ ਪਲੱਸ 2 ਦੀ ਤਿਆਰੀ ਕਰਾਂ ਪਲੱਸ 2 ਕਿਉਂਕਿ ਸਬਜੈਕਟਿਵ ਟਾਈਪ ਆ ਓਬਜੈਕਟਿਵ ਟਾਈਪ ਹੁੰਦਾ ਤਾਂ ਆਰ ਕੇ ਓਬਜੈਕਟਿਵ ਤੇ ਸਬਜੈਕਟਿਵ ਦੇ ਵਿੱਚ ਰੁਲ ਜਾਂਦੇ ਸੀਗੇ ਬਟ ਅਗਲੇ ਸੈਸ਼ਨ ਤੋਂ 2021 22 ਦੀ ਗੱਲ ਕਰਦੇ ਪਏ ਜੀ ਇਸ ਸੈਸ਼ਨ ਦੀ ਨਹੀਂ ਗੱਲ ਕਰਦੇ ਵੇ ਇਸ ਸੈਸ਼ਨ ਤੁਹਾਡਾ ਉਵੇਂ ਹੀ ਹੋਣਾ ਹੈ ਬਟ 75% ਨੰਬਰ ਚਾਹੀਦੇ ਨੇ ਅਗਲੇ ਸਾਲ ਲਈ ਤੁਹਾਨੂੰ 75% ਨੰਬਰ ਨਹੀਂ ਚਾਹੀਦੇ 2021 22 ਦੀ ਗੱਲ ਹੈ ਜੀ ਠੀਕ ਹੈ ਜੀ ਚਲੋ ਅਗਲੀ ਨਿਊਜ਼ ਦੇਖੀਏ ਤੇ ਆ ਵੀ ਤੁਹਾਨੂੰ ਪਤਾ ਹੀ ਆ ਅੱਜਕੱਲ ਪੈਟਰੋਲ ਦੀ ਕੀਮਤਾਂ ਬਹੁਤ ਵਧਦੀਆਂ ਪਈਆਂ ਨੇ ਜੀ 85 ਰੁਪਏ ਪੈਟਰੋਲ ਪਹੁੰਚ ਚੁੱਕਾ ਹੈ ਜੀ ਤੇ ਡੀਜ਼ਲ ਪਹੁੰਚ ਚੁੱਕਾ ਹੈ ਜੀ 75 ਰੁਪਏ ਤੋਂ ਪਾਰ ਹੋ ਚੁੱਕਾ ਹੈ ਜੀ ਇਹ ਚਲੋ ਅਗਲੀ ਨਿਊਜ਼ ਦੇਖੀਏ ਜੀ ਤੇ ਇੱਕ ਹੋਰ ਗੱਲ ਹੈ ਜੀ ਜਿਹੜੀ ਤੁਸੀਂ ਇਨਕਮ ਟੈਕਸ ਰਿਟਰਨ ਹੈ ਤੁਹਾਨੂੰ ਪਤਾ ਹੈ ਕਿ 10 ਜਨਵਰੀ ਲਾਸਟ ਡੇਟ ਸੀਗੀ ਇਨਕਮ ਟੈਕਸ ਰਿਟਰਨ ਭਰਨ ਦੀ ਜਿਨ੍ਹਾਂ ਨੇ ਨਹੀਂ ਭਰੀ ਉਹ ਹਜੇ ਵੀ ਭਰ ਸਕਦੀਆਂ ਹਨ ਉਹਨਾਂ ਲਿਖਣਾ ਪੈਣਾ ਉਹ ਚ ਬਿਲੈਟਡ ਇਨਕਮ ਟੈਕਸ ਰਿਟਰਨ ਪਾ ਕੇ ਭਰਨਾ ਪੈਣਾ ਬਟ ਪ੍ਰੋਬਲਮ ਇਹ ਹੈ ਭਰਤਾ ਸਕਦੇ ਨੇ ਉਹ ਭਰਤਾ ਸਕਦੇ ਨੇ ਜੀ ਭਰਨ 'ਚ ਕੋਈ ਪ੍ਰੋਬਲਮ ਨਹੀਂ ਹੈ ਬਟ ਉਹਨਾਂ ਨੂੰ 10000 ਰੁਪਇਆ ਫਾਈਨ ਦੇਣਾ ਪੈਣਾ ਜੀ ਹੁਣ ਜੇ ਹੁਣ ਭਰਨਗੇ ਇੱਕ ਤਾਂ ਬਿਲੈਟਡ ਇਨਕਮ ਟੈਕਸ ਰਿਟਰਨ ਲਿਖ ਕੇ ਭਰਨਾ ਪੈਣਾ ਤੇ ਦੂਸਰਾ ਉਹਨਾਂ ਨੂੰ 10000 ਰੁਪਇਆ ਫਾਈਨ ਦੇਣਾ ਪੈਣਾ ਠੀਕ ਹੈ ਜੀ ਚੱਲੀ ਅੱਗੇ ਨੈਕਸਟ ਇੱਕ ਹੋਰ ਨਿਊਜ਼ ਹੈ ਜੀ ਜਿਹੜੀ ਤੁਹਾਨੂੰ ਪਤਾ ਹੀ ਹੈ ਕਿਉਂਕਿ ਜਿਹੜੀਆਂ ਗਵਰਨਮੈਂਟ ਨੇ ਪੋਸਟਾਂ ਕੱਢੀਆਂ ਸੀਆਂ ਕਿਉਂਕਿ ITT ਜਾਂ BEd ਦੀਆਂ ਪੋਸਟਾਂ ਬਹੁਤ ਲਿਮਟਿਡ ਆਈਆਂ ਉਸ ਦੇ ਸੰਬੰਧ ਦੇ ਵਿੱਚ ਬਹੁਤ ਜਗ੍ਹਾ ਰੋਸ ਪ੍ਰਦਰਸ਼ਨ ਹੋ ਰਹੇ ਨੇ ਕਿ ਹਾਂ ਜੀ ਇੰਨੀਆਂ ਘੱਟ ਪੋਸਟਾਂ ਕੱਢੀਆਂ ਬੇਰੋਜ਼ਗਾਰ ਜਿੱਦੇ ਵੀ ਨੇ ਉਹ ਅਲੱਗ-ਅਲੱਗ ਜਗ੍ਹਾ ਦੇ ਧਰਨੇ ਤੇ ਬੈਠੇ ਨੇ ਠੀਕ ਹੈ ਜੀ ਉਹ ਕਹਿੰਦੇ ਨੇ ਕਿ ਪੋਸਟਾਂ ਵਧਾਓ ਇਸ ਸਬੰਧੀ ਆ ਖਬਰ ਆਈ ਹੋਈ ਹੈ ਕਿ ਪੋਸਟਾਂ ਵਧਾਣੀਆਂ ਚਾਹੀਦੀਆਂ ਹਨ ਕਿ ਉਹ ਮੇਰੇ ਖਿਆਲ ਨਾਲ ਸੰਗਰੂਰ ਦੇ ਵਿੱਚ ਬੈਠੇ ਨੇ ਜੀ ਸਾਰੇ ਜਾਨੇ ਅੰਨੇ ਦਿਨਾਂ ਤੋਂ ਬੈਠੇ ਨੇ ਕਿ ਹਾਂਜੀ ਪੋਸਟਾਂ ਵਧਾਈਆਂ ਜਾਣੀ ਉਮਰ ਹੱਦ ਵਧਾਈ ਜਾਵੇ ਵਗੈਰਾ ਉਹਨਾਂ ਦੀ ਅਲੱਗ-ਅਲੱਗ ਮੰਗਾਂ ਨੇ ਉਹਦੇ ਰਿਗਾਰਡਿੰਗਾਂ ਨਿਊਜ਼ ਆਈ ਹੋਈ ਹੈ ਤੁਹਾਡੀ ਤੇ ਲਾਸਟ ਨਿਊਜ਼ ਹੈ ਜੀ ਇੱਕ WhatsApp ਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ WhatsApp ਨੇ ਆਪਣੀ ਪਾਲਿਸੀਜ਼ ਜਿਹੜੀ ਪ੍ਰਾਈਵੇਸੀ ਪਾਲਿਸੀਜ਼ ਹੈ ਉਹਦੇ ਵਿੱਚ ਕੁਝ ਮੋਡੀਫਿਕੇਸ਼ਨ ਕੀਤੀ ਹੈ ਬਟ ਉਹ ਪ੍ਰਾਈਵੇਸੀ ਪਾਲਿਸੀ ਦੀ ਜਿਹੜੀ ਮੋਡੀਫਿਕੇਸ਼ਨਸ ਨੇ ਉਹ ਆਪਣੇ ਲਈ ਆਪਣੇ ਇੰਡੀਆ ਲਈ ਕੁਝ ਹੋਰ ਨੇ ਬਾਕੀ ਵਾਲੀ ਕੁਝ ਹੋਰ ਨੇ ਮਤਲਬ ਕਿ ਇਹ ਐਸਾ ਹੋᱫਾ ਹੈ ਇੰਡੀਆ ਦਾ ਡਾਟਾ ਲੀਕ ਹੋ ਸਕਦਾ ਹੈ WhatsApp ਦੇ WhatsApp ਦੀ ਨਿਊ ਪਾਲਿਸੀ ਦੇ ਅਕੋਰਡਿੰਗ ਯੂਜ਼ਰਸ ਦਾ ਤਾਰਕੇ ਰਵੀਸ਼ੰਕਰ ਪ੍ਰਸ਼ਾਦ ਜੀ ਨੇ ਸਾਫ਼ ਕੀਤਾ ਆਪਣੇ ਜਿਹੜੇ ਹੋਨੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਮਿਨਿਸਟਰ ਨੇ ਕਿ ਕੀ ਉਦ ਤੱਕ ਅਸੀਂ ਇਹਨਾਂ ਨੂੰ ਮੋਡੀਫਾਈ ਨਹੀਂ ਕਰਨ ਦਵਾਂਗੇ ਜਦ ਤੱਕ ਕਿ ਯੂਜ਼ਰਜ਼ ਦੀ ਸਿਕਿਉਰਿਟੀ ਜ਼ਿਆਦਾ ਜ਼ਰੂਰੀ ਹੈ ਇਸ ਲਈ ਪਹਿਲਾਂ ਇਹਨਾਂ ਨੇ ਕਿਹਾ ਸੀਗਾ WhatsApp ਨੇ ਕਿ 8 ਫਰਵਰੀ ਨੂੰ ਇਹ ਨਿਊ ਫੀਚਰ ਲਾਂਚ ਕਰਨ ਦੇਣਗੇ ਪ੍ਰਾਈਵੇਸੀ ਫੀਚਰ ਬਟ ਹੁਣ ਇਹਨਾਂ ਨੇ ਇਹਨੂੰ ਐਕਸਟੈਂਡ ਕਰਕੇ 15 ਮਈ ਕਰਤਾ ਹੈ ਬਟ ਸਰਕਾਰ ਕਹਿ ਰਹੀ ਹੈ ਜਦ ਤੱਕ ਸਾਡੇ ਪੂਰਾ ਉਹ ਸਰਕਾਰ ਕਹਿੰਦੀ ਹੈ ਤੁਸੀਂ ਜਿਹੜੀ ਵੇਰੀਅਸ ਕੰਪਨੀਆਂ ਦੇ ਇੰਡੀਆ 'ਚ ਬਿਜ਼ਨਸ ਕਰਨਾ ਕਰਨ ਬਟ ਯੂਜ਼ਰਸ ਦੀ ਪ੍ਰਾਈਵੇਸੀ ਸਭ ਤੋਂ ਪਹਿਲੇ ਨੰਬਰ ਤੇ ਹੈ ਇਸ ਲਈ ਸਰਕਾਰ ਨੇ ਉਹਨਾਂ ਨੂੰ ਹੁਣ ਕਿਉਂਕਿ ਪਹਿਲਾ 8 ਫਰਵਰੀ ਸੀਗਾ ਨਹੀਂ ਤਾਂ 8 ਫਰਵਰੀ ਨੂੰ ਉਹਨਾਂ ਨੇ ਰੋਕ ਲਾ ਦੇਣੀ ਸੀ ਸਰਕਾਰ ਨੇ ਹੁਣ ਉਹਨਾਂ ਲਈ WhatsApp ਨੇ ਹੀ ਆਪਣਾ ਇਹਨੂੰ 15 ਮਈ ਤੱਕ ਲੈ ਗਏ ਨੇ ਕਿ 15 ਮਈ ਤੱਕ ਦੇਖਣਗੇ ਕਿਵੇਂ ਮੋਡੀਫਿਕੇਸ਼ਨ ਕਰ ਸਕਦੇ ਨੇ ਬਸ ਜੀ ਇਹ ਸੀਗੀ ਅੱਜ ਦੀ ਮੇਨ ਖਬਰ ਸੀਗੀ ਇੱਕ ਤਾਂ ਯੂਟੀ ਵਾਲੀ ਜੀ ਯੂਟੀ ਦੇ ਵਿੱਚ ਯੂਟੀ ਦੇ ਵਿੱਚ ਪੋਸਟਾਂ ਬਹੁਤ ਜਲਦੀ ਆ ਰਹੀਆਂ ਨੇ ਜੀ ਮਾਸਟਰ ਕਾਰਡਰ ਦੀਆਂ ਵੀ ਈਟੀਟੀ ਵਾਲੀਆਂ ਦੇ ਵੀ ਤੇ ਲੈਚ ਦਾ ਰਕਾਰਡਰ ਦੀ ਉਹਦੀ ਤਿਆਰੀ ਸ਼ੁਰੂ ਕਰ ਦੋ ਬਟਾ ਠੀਕ ਹੈ ਜੀ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਥੈਂਕ ਯੂ ਥੈਂਕਸ ਅ ਲੋਟ ਹੈਵ ਅ ਨਾਈਸ ਡੇ